ਪੰਜਾਬੀ ਗਾਇਕ ਸ਼ੈਰੀ ਮਾਨ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਰੋਜ਼ਾਨਾ ਕੋਈ ਨਾ ਕੋਈ ਹੈਡਲਾਈਨ ਗ੍ਰੈਬ ਕਰ ਹੀ ਲੈਂਦੇ ਨੇ। ਦੱਸ ਦਵਾਂ ਸਿੰਗਰ ਕਦੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਤੇ ਕਦੇ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਚਰਚਾ ਦਾ ਹਿੱਸਾ ਬਣੇ ਰਹਿੰਦੇ ਨੇ, ਪਰ ਇਸ ਵੇਲੇ ਸਿੰਗਰ ਆਪਣੀ ਪਰਸਨਲ ਨਹੀਂ ਬਟ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ, ਯਾਨੀ ਕਿ ਆਪਣੀ ਦੀ ਲਾਸਟ ਗੁੱਡ ਐਲਬਮ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ ਜੋ ਕਿ ਅੱਜ ਸਵੇਰੇ ਹੀ ਰਿਲੀਜ਼ ਹੋਈ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਗੱਲ ਕੁਝ ਇਸ ਤਰ੍ਹਾਂ ਹੈ ਕਿ ਬੀਤੇ ਕੁਝ ਦਿਨਾਂ ਤੋਂ ਸ਼ੈਰੀ ਮਾਨ ਆਪਣੀ ਦੀ ਲਾਸਟ ਗੁੱਡ ਐਲਬਮ ਤੋਂ ਜੁੜੀ ਕਈ ਸਾਰੀ ਇਨਫੋਰਮੇਸ਼ਨ, ਕਈ ਸਾਰੀ ਅਪਡੇਟ ਰੋਜ਼ਾਨਾ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਆਪਣੇ ਆਡੀਅੰਸ ਦੇ ਨਾਲ ਸ਼ੇਅਰ ਕਰ ਰਹੀ ਸੀ ਤੇ ਅੱਜ ਫਾਈਨਲੀ ਉਹਨਾਂ ਨੇ ਆਪਣੀ ਇਹ ਦੀ ਲਾਸਟ ਗੁੱਡ ਐਲਬਮ ਆਊਟ ਕਰ ਦਿੱਤੀ ਹੈ। ਦੱਸ ਦੇਵਾਂ ਕਿ ਇਸ ਐਲਬਮ ਦੇ ਵਿੱਚ ਟੋਟਲ ਨੰਬਰ ਆਫ ਸੌਂਗਸ 18 ਹੈਗੇ ਨੇ, ਜਿਸ ਨੂੰ ਕਿ ਅੱਜ ਸਵੇਰੇ ਹੀ ਰਿਲੀਜ਼ ਕੀਤਾ ਗਿਆ ਤੇ ਦਿਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਦੇਵਾਂ ਕਿ ਸ਼ੈਰੀ ਮਾਨ ਨੇ ਆਪਣੀ ਦੀ ਲਾਸਟ ਗੁੱਡ ਐਲਬਮ ਦੇ ਸਾਰੇ ਹੀ ਸੌਂਗਸ ਤੇ ਜਿੰਨੇ ਵੀ ਸੌਂਗਸ ਨੇ ਉਸਦੇ ਕੁਝ ਬੋਲ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਦੋ ਪਾਰਟਸ ਦੇ ਵਿੱਚ ਸ਼ੇਅਰ ਕੀਤੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਡੀਅੰਸ ਤੋਂ ਇਹ ਪੁੱਛਦੇ ਹੋਏ ਕਿ ਉਹਨਾਂ ਨੂੰ ਇਹ ਸੌਂਗ ਕਿਵੇਂ ਦਾ ਲੱਗਿਆ, ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ, ਲਵ ਵੇ ਅਨਮੁੱਲਿਓ ਦ ਲਾਸਟ ਗੁੱਡ ਐਲਬਮ ਇਜ਼ ਆਊਟ ਨਾਓ। ਮਿੱਤਰੋ, ਬਹੁਤ ਕੁਝ ਲਿਖਿਆ ਗਾਇਆ ਜ਼ਿੰਦਗੀ 'ਚ ਅਤੇ ਹੁਣ ਆਹ ਸਾਰੀ ਐਲਬਮ ਵੀ ਸਭ ਤੁਹਾਨੂੰ, ਸਭ ਸੁਣਨ ਵਾਲਿਆਂ ਨੂੰ ਡੈਡੀਕੇਟਿਡ ਹੈ। ਬਾਕੀ ਜੋ ਤੁਹਾਡਾ ਹੁਕਮ ਸਰ ਮੱਥੇ, ਪਰ ਸੁਣ ਕੇ ਦੱਸਿਓ ਜ਼ਰੂਰ ਕਿਵੇਂ ਲੱਗੀ ਸਾਰੀ ਦੀ ਸਾਰੀ ਦੀ ਲਾਸਟ ਗੁੱਡ ਐਲਬਮ। ਸੋ ਹੁਣ ਇੰਤਜ਼ਾਰ ਕਿਸ ਚੀਜ਼ ਦਾ ਹੈ, ਫਟਾਫਟ ਜਾਓ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਨੂੰ ਦੀ ਲਾਸਟ ਗੁੱਡ ਐਲਬਮ ਦੇ ਸਾਰੇ ਸੌਂਗਸ ਕਿਵੇਂ ਦੇ ਲੱਗੇ, ਕਿਉਂਕਿ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੇ।